हमने जिंदगी को कुछ इस कदर आसान कर लिया, किसी से माफी मांग ली, किसी को माफ कर दिया। ਭਾਨਾ ਸਿੱਧੂ ਵਾਰ ਵਾਰ ਕੱਲ ਦੋ ਤਿੰਨ ਵਾਰੀ ਆਪਣਾ ਨਾਂ ਲਿਆ ਲਾਈਵ ਚ, ਕਹਿੰਦਾ ਕਿਸਾਨਾਂ ਲਈ ਰੰਧਾਵਾ ਊਂ ਤਾਂ ਬੋਲੀ ਜਾਂਦਾ, ਅੱਜ ਬੋਲਦਾ ਨੀ, ਬੋਲਦਾ ਭਰਾਵਾ ਤੇਰੇ ਨਾਲ ਖੜੇ ਆ ਜਮਾ, ਐ ਫਾਨੇ ਮੰਗੂ ਪਰਚੇ ਪੁਰਚੇ ਭਾਨੇ ਸਿੱਧੂ ਤੇ ਹੋ ਗਿਆ ਫੀਮ ਭੁੱਕੀ ਵਾਲਾ, ਹੁੰਦੀ ਰਹਿੰਦਾ ਮੇਰੇ ਤੇ ਕਿਹੜਾ ਹੋਇਆ ਨੀ। ਆਪਾਂ ਭਾਨਾ ਸਿੱਧੂ ਦੇ ਨਾਲ ਖੜੇ ਆ, 25 ਘੰਟੇ ਨਾਲ ਖੜੇ, ਬੇਸ਼ੱਕ ਯਾਰ ਆਪਾਂ ਨੂੰ ਜੇਲ੍ਹ ਜਾਣਾ ਪੈ। ਤੇ ਗੱਲ ਵੀਰੋ ਇਹ ਆ ਵੀ ਮੈਂ ਤੁਹਾਨੂੰ ਇੱਕ ਸ਼ੇਅਰ ਸੁਣਾਉਣਾ, ਹਮਨੇ ਜ਼ਿੰਦਗੀ ਕੋ ਕੁਛ ਇਸ ਕਦਰ ਆਸਾਨ ਕਰ ਲਿਆ, ਕਿਸੀ ਸੇ ਮਾਫੀ ਮੰਗ ਲਈ, ਕਿਸੀ ਕੋ ਮਾਫ ਕਰ ਦਿਆ। ਗੱਲ ਵੀਰੋ ਇਹ ਆ ਵੀ ਮੈਨੂੰ ਮੈਸੇਜ ਬਹੁਤ ਜ਼ਿਆਦਾ ਆ ਰਹੇ ਸੀ, ਭਾਨਾ ਸਿੱਧੂ ਕੱਲ ਲਾਈਵ ਹੋਇਆ ਸੀ ਕੋਟ ਦੁਨੇ ਵਾਲਾ, ਤੇ ਮੇਰਾ ਨਾਂ ਲਈ ਜਾਂਦਾ ਸੀ ਵੀ ਲੱਖਾਂ, ਮੇਰਾ ਵੀ ਨਾਂ ਲੈਂਦਾ ਸੀ, ਲੱਖੇ ਬਾਈ ਦਾ ਵੀ ਲੈਂਦਾ ਸੀ, ਕਹਿੰਦਾ ਵੀ ਜਦੋਂ ਹੁਣ ਅਸੀਂ ਚੰਗੇ ਕੰਮ ਕਰਦੇ ਹਾਂ ਜਾਂ ਸਮਾਜ ਸੇਵੀ ਕੰਮ ਕਰਦੇ ਹਾਂ ਜਾਂ ਕਿਸਾਨਾਂ ਲਈ ਕੰਮ ਕਰਦੇ ਹਾਂ, ਕਹਿੰਦਾ ਜਗਦੀਪ ਰੰਧਾਵਾ ਕਿਸਾਨਾਂ ਲਈ ਬੋਲਦਾ ਰਹਿੰਦਾ, ਹੁਣ ਕਿਉਂ ਨਹੀਂ ਬੋਲਦਾ ਵੀ ਉਹਦਾ ਭੁੱਕੀ ਫੀਮ ਦੇ ਮਸਲੇ 'ਤੇ ਜਿਹੜਾ ਉਹਨੇ ਵੀਡੀਓ ਪਾਤੀ ਸੀ। ਅਤੇ ਗੱਲ ਵੀਰੋ ਇਹ ਆ, ਮੈਂ ਭਾਨੇ ਨੂੰ ਸਿੱਧਾ ਕਹਿਣਾ ਚਾਹੁੰਦਾ, ਭਾਨੇ ਕੋਟ ਦੁਨੇ ਵਾਲਿਆ ਗੱਲ ਇੱਕ ਸੁਣ ਲਾ, ਜਿੰਨਾ ਚਿਰ ਤੂੰ ਗੰਦੀਆਂ ਵੀਡੀਓ ਪਾਈਆਂ ਤੇਰੇ ਆਪਾਂ ਉਲਟ ਸੀ, ਕਿਉਂਕਿ ਮੇਰੀ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਯਾਰ, ਮੈਂ ਕੋਈ ਬਾਹਲਾ ਸਿਆਣਾ ਨਹੀਂ ਜਾਂ ਮੈਂ ਕੋਈ ਬਾਹਲਾ ਸੱਭਿਆਚਾਰਕ ਬੰਦਾ ਨਹੀਂ ਵੀ ਜਾਂ ਤੁਸੀਂ ਮੈਨੂੰ ਕਹਿੰਦੇ ਵੀ ਤੂੰ ਬਹੁਤ ਚੰਗੀਆਂ ਵੀਡੀਓ ਪਾਉਣਾ, ਐਂ ਵੀ ਤੁਸੀਂ ਕਹਿ ਸਕਦੇ ਹੋ ਮੈਨੂੰ, ਪਰ ਸਮਾਜ 'ਚ ਰਹਿਣ ਵਾਲੀਆਂ ਵੀਡੀਓ ਪਾਉਣੀਆਂ ਚਾਹੀਦੀਆਂ ਨੇ, ਸਮਾਜ ਨੂੰ ਸਹੀ ਲੱਗਣ, ਜਿਹੜੀਆਂ ਸਮਾਜ ਨੂੰ ਵੀਡੀਓ ਸਹੀ ਲੱਗਣ ਉਹ ਪਾਉਣੀਆਂ ਚਾਹੀਦੀਆਂ ਆਪਾਂ ਨੂੰ। ਭਾਨਾ ਸਿੱਧੂ ਤੂੰ ਅੱਜ ਗਾਉਂਦੇ ਆ ਵੀਡੀਓ, ਛੱਡ ਕੇ ਕਿਸਾਨਾਂ 'ਤੇ ਬੋਲਦਾ, ਤੇਰੇ ਨਾਲ ਖੜਾਂ, ਠੀਕ ਆ। ਕੱਲ੍ਹ ਨੂੰ ਫਿਰ ਜੇ ਕੋਈ ਗਲਤ ਹੁੰਦਾ ਕੰਮ ਤਾਂ ਫਿਰ ਮੈਂ ਉਲਟ ਵੀ ਬੋਲ ਸਕਦੇ ਹਾਂ, ਜਿਹੜਾ ਕੋਈ ਗੰਦ ਪਾਊ ਜਾਂ ਬਾਹਲਾ ਰੌਂਗ ਚੱਲੂ ਉਹਦੇ ਫਿਰ ਆਪਾਂ ਉਲਟ ਬੋਲ ਸਕਦੇ ਹਾਂ। ਅੱਜ ਭਾਨਾ ਸਿੱਧੂ 'ਤੇ ਪਰਚਾ ਕੱਟਿਆ ਸਰਕਾਰ ਨੇ ਫੀਮ ਭੁੱਕੀ ਦੀ ਖੇਤੀ ਬਾਰੇ, ਆਪਾਂ ਭਾਨਾ ਸਿੱਧੂ ਦੇ ਨਾਲ ਖੜੇ ਹਾਂ, 25 ਘੰਟੇ ਨਾਲ ਖੜੇ ਹਾਂ, ਠੀਕ ਆ। ਅਤੇ ਬੇਸ਼ੱਕ ਯਾਰ ਆਪਾਂ ਨੂੰ ਜੇਲ੍ਹ ਜਾਣਾ ਪੈ ਜੇ, ਆਪਾਂ ਉਹ ਬੰਦੇ ਦੇ ਨਾਲ ਖੜੇ ਹਾਂ ਜੇ ਉਹ ਕਿਸਾਨਾਂ ਲਈ ਸਹੀ ਕੰਮ ਕੀਤਾ, ਜਿੰਨਾ ਚਿਰ ਬੰਦਾ ਕੋਈ ਗਲਤ ਕੰਮ ਕਰਦਾ ਆਪਾਂ ਉਹਦੇ ਉਲਟਾਂ, ਠੀਕ ਆ। ਹਾਂ, ਭਾਨਾ ਸਿੱਧੂ ਕੱਲ੍ਹ ਲਾਈਵ 'ਚ ਬੋਲ ਰਿਹਾ ਸੀ ਵੀ ਰੰਧਾਵੇ ਵਰਗੇ ਬੋਲਣ, ਹੁਣ ਲੱਖੇ ਵਰਗੇ ਬੋਲਣ, ਅਤੇ ਵੀ ਹੁਣ ਤਾਂ ਮੈਂ ਦੂਜੇ ਕੰਮ ਛੱਡ ਕੇ ਚੰਗੇ ਕੰਮ ਕਰ ਰਿਹਾ, ਫੀਮ ਭੁੱਕੀ ਦੀ ਖੇਤੀ 'ਤੇ ਬੋਲਿਆ, ਹੁਣ ਤੇਰੇ ਨਾਲ ਖੜਾਂਗੇ, ਕੋਈ ਗੱਲ ਨਹੀਂ, ਜੇ ਤੂੰ ਹੈਲਪ ਮੰਗੀ ਆ ਤਾਂ ਹੈਲਪ ਦੇਣ ਨੂੰ ਤਿਆਰ ਆ ਯਾਰ, ਹੈਂ ਮੈਂ ਨਾਲ ਖੜੂੰ ਯਾਰ, ਹੈਲਪ ਦੇਣ ਨੂੰ ਤਿਆਰ ਆ ਤੇਰੇ, ਹੈ ਨਾ, ਜੇ ਕੱਲ੍ਹ ਤੂੰ ਲਾਈਵ ਹੋ ਕੇ ਇਹ ਗੱਲ ਕਿਹਾ। ਹੁਣ ਮੈਂ ਤੁਹਾਨੂੰ ਗੱਲ ਇਹ ਦੱਸ ਦਾਂਗਾ ਵੀ ਆਪਾਂ ਕਹਿ ਦਿੰਦੇ ਹਾਂ ਬਾਦਲ ਅਤੇ ਕੈਪਟਨ ਨੂੰ, ਅਤੇ ਹਾਂ ਬਾਦਲ ਅਤੇ ਕੈਪਟਨ ਨੂੰ ਆਪਾਂ ਇਹ ਕਹਿੰਦੇ ਹਾਂ ਵੀ ਤੁਸੀਂ ਇਕੱਠੇ ਨਹੀਂ ਹੁੰਦੇ, ਉਹ ਗੱਲ ਆ ਵੀਰੋ ਕਿਸਾਨਾਂ ਦੇ ਮੁੱਦੇ 'ਤੇ ਕੋਈ ਕਿਸਾਨਾਂ ਦੇ ਹਾਂ 25 ਘੰਟੇ ਨਾਲ ਆ, ਤੁਸੀਂ ਕਹਿ ਦਿਓ 25 ਘੰਟੇ ਨਾਲ ਆ ਭਾਨਾ ਸਿੱਧੂ ਦੇ, ਅਤੇ ਕਿਸਾਨਾਂ ਦੇ ਹੁਣ ਆਪਾਂ ਕਹਿੰਦੇ ਵੀ ਕੋਰੀਡੋਰ ਵਾਲੇ ਮਸਲੇ 'ਤੇ ਬਾਦਲ ਅਤੇ ਕੈਪਟਨ ਨਹੀਂ ਇਕੱਠੇ ਹੁੰਦੇ, ਇਹ ਵੀ ਗੱਲ ਸੁਣਾ ਦਿੰਦਾ ਵੀਰੋ, ਕੋਈ ਬੁੜੀ ਦਾ ਮੁੰਡਾ ਖਾਂਦਾ ਸੀ ਗੁੜ ਵਾਲਾ, ਉਹ ਬਾਬੇ ਕੋਲ ਲੈ ਗਈ ਵੀਰਵਾਰ ਨੂੰ, ਉਹ ਬਾਬੇ ਨੂੰ ਜਾ ਕੇ ਕਹਿੰਦੀ ਵੀ ਮੇਰਾ ਮੁੰਡਾ ਗੁੜ ਵਾਲਾ ਖਾਂਦਾ ਵੀ ਇਹਦਾ ਹੱਲ ਕੱਢ, ਉਹ ਹੁਣ ਸਾਧ ਮੂਹਰੋਂ ਆਪ ਗੁੜ ਖਾਂਦਾ ਸੀ, ਸਾਧ ਉਹਨੂੰ ਬੁੜੀ ਨੂੰ ਕਹਿੰਦਾ ਵੀ ਤੂੰ ਅਗਲੀ ਵਾਰ ਲੈ ਕੇ ਆਈ ਮੁੰਡਾ ਤੇਰਾ, ਉਦੋਂ ਮੈਂ ਇਹਦਾ ਹੱਲ ਕੱਢੂੰਗਾ। ਸਾਧ ਨੇ ਉਹਦੇ ਚੇਲਿਆਂ ਨੂੰ ਕਿਹਾ ਵੀ ਜਿੰਨਾ ਗੁੜ ਪਿਆ ਭਰਾਵਾ ਸੂਏਸਾਈਡ 'ਚ ਸਿੱਟਿਆ ਹੋ, ਕਦੇ ਸਿੱਟਿਆ ਹੋ ਵੀ ਆਪ ਮੈਂ ਆਪ ਇਹ ਬਿਮਾਰੀ ਤੋਂ ਪੀੜਤ ਹਾਂ, ਮੈਂ ਗੁੜ ਆਪ ਵਾਲਾ ਖਾਂਦਾ ਵੀ ਕਿਸੇ ਨੂੰ ਕਿਵੇਂ ਸਮਝਾ ਦੂੰ, ਉਹ ਕਹਿੰਦੇ ਠੀਕ ਆ। ਅਤੇ ਉਹ ਉਹਨੇ ਪਤਾ ਕੀ ਕੀਤਾ, ਜਦੋਂ ਅਗਲੀ ਵਾਰ ਬੁੜੀ ਆ ਗਈ ਵੀਰਵਾਰ ਨੂੰ, ਕਹਿੰਦਾ ਪੁੱਤ ਗੁੜ ਨਹੀਂ ਖਾਣਾਗਾ, ਤੇਰੇ ਫੁਣਸੀਆਂ ਹੋ ਜਾਣੀਆਂ, ਤੇਰੇ ਐਂ ਹੋਜੂ, ਤੈਨੂੰ ਆਹ ਬਿਮਾਰੀ ਹੋਜੂ, ਤੂੰ ਗੁੜ ਨਹੀਂ ਖਾਣਾ, ਉਹ ਕਹਿੰਦਾ। ਅਤੇ ਸਾਧ ਕਹਿੰਦਾ, ਬੁੜੀ ਕਹਿੰਦੀ ਜਦੋਂ ਤੂੰ ਇਹੀ ਗੱਲ ਕਹਿਣੀ ਸੀ ਗੁੜ ਵਾਲੀ ਵੀ ਫੁਣਸੀਆਂ ਹੋਜੂ, ਬਿਮਾਰੀ ਹੋਜੂ, ਤੂੰ ਉਹਦੇ ਪਹਿਲੇ ਵੀਰਵਾਰ ਨੂੰ ਕਿਉਂ ਨਹੀਂ ਕਿਹਾ। ਉਹ ਕਹਿੰਦਾ ਮੈਂ ਆਪ ਗੁੜ ਖਾਂਦਾ ਸੀ, ਮੈਂ ਤਾਂ ਨਹੀਂ ਤੇਰੇ ਮੁੰਡੇ ਨੂੰ ਸਮਝਾ ਸਕਿਆ। ਉਹ ਗੱਲ ਆ ਭਰਾਵੋ, ਜੇ ਆਪਾਂ ਆਪ ਹੀ ਸਾਰੇ ਕਿਸਾਨਾਂ ਲਈ, ਜਿਹੜੇ ਬੰਦੇ ਕਿਸਾਨਾਂ ਲਈ ਲੜਦੇ ਆ, ਜੋ ਆਪ ਇਕੱਠੇ ਹੋਣਗੇ, ਫਿਰ ਹੀ ਆਪਾਂ ਕਿਸਾਨਾਂ ਲਈ ਕੁਛ ਕਰ ਸਕਦੇ, ਐਂ ਨਹੀਂ ਕਰ ਸਕਦੇ, ਕਿਉਂਕਿ ਕਿਸਾਨੀ ਬਹੁਤ ਨਿਘਾਰ ਵੱਲ ਜਾ ਰਹੀ ਆ, ਕਿਸਾਨੀ ਦੀ ਬੁਰੀ ਹਾਲਤ ਆ, ਖਤਮ ਹੋ ਗਿਆ, ਖੇਡਾਂ ਕਰਜ਼ੇ ਚੜ੍ਹ ਕੇ ਰੋਜ਼ ਹੀ ਬੋਲਦੇ ਹਾਂ। ਫੀ ਭੁੱਕੀ ਦੀ ਜਿਹੜੀ ਖੇਤੀ ਆ ਉਹ ਹੋਣੀ ਚਾਹੀਦੀ ਆ, ਸਰਕਾਰ ਲੀਗਲ ਤਰੀਕੇ ਨਾਲ ਇਹ ਕਰੇ ਸ਼ੁਰੂ। ਬਾਕੀ ਭਾਨਾ ਸਿੱਧੂ ਪਰਚਿਆਂ ਪੁਰਚਿਆਂ ਤੋਂ ਤਾਂ ਡਰਨਾ ਭਰਾਵਾ, ਜੇ ਡਰਦਾਂਗਾ ਫਿਰ ਤਾਂ ਕੰਮ ਗਲਤ ਆ, ਡਰਨਾ, ਡਰ ਕਿਉਂ ਨਾ, ਕਿਉਂਕਿ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ, ਹੁਣ ਸਾਡੇ ਉਸਾਨੇ ਵਾਲੇ ਸਕੂਲ 'ਚ ਅਸੀਂ ਜਿੰਦਾ ਲਾਤੇ ਸੀ ਮੈਂ ਅਤੇ ਲੱਖੇ ਸਿਧਾਣੇ ਨੇ, ਉਹ ਸਾਡੇ 'ਤੇ ਪਰਚਾ ਪੈ ਹੀ ਗਿਆ, ਸਾਡੇ 'ਤੇ ਉਹ ਲੱਖੇ ਸਿਧਾਣੇ 'ਤੇ ਉੱਥੇ ਸਾਨੇ ਵਾਲੇ ਸਕੂਲ 'ਚ ਜਿਹੜਾ ਜਿੰਦਾ ਲਾ ਸੀ ਉਹ ਪਰਚਾ ਪਈ ਗਿਆ। ਪਰਚੇ ਪੁਰਚੇ ਤਾਂ ਹੁੰਦੇ ਹੀ ਰਹਿੰਦੇ ਆ, ਆਹ ਲੱਖੇ 'ਤੇ ਕਿੰਨੇ ਚੱਲਦੇ ਆ, 35-40 ਚੱਲੀ ਜਾਂਦੇ ਆ ਬਾਈ 'ਤੇ, ਇਹ ਤਾਂ ਚੱਲਦਾ ਹੀ ਰਹਿੰਦਾ। ਜੇ ਤੁਸੀਂ ਕਿਸੇ ਲਈ ਕੁਛ ਕਰਨਾ ਚਾਹੁੰਦੇ ਹੋ, ਲੋਕਾਂ ਲਈ ਲੜਦੇ ਹੋ, ਤੁਸੀਂ ਕ੍ਰਾਂਤੀਕਾਰੀ ਬੰਦੇ ਤਾਂ ਤੁਹਾਡੇ 'ਤੇ ਪਰਚੇ ਹੋਣਗੇ। ਭਾਨਾ ਸਿੱਧੂ ਕੱਲ੍ਹ ਮੇਰੇ ਬਾਰੇ ਲਾਈਵ 'ਚ ਬੋਲਦਾ ਸੀ ਵੀ ਰੰਧਾਵਾ ਕਿਸਾਨਾਂ ਲਈ ਬੋਲਦਾ, ਅੱਜ ਬੋਲੇ ਜਾਂ ਲੱਖੇ ਬਾਈ ਬਾਰੇ ਬੋਲਿਆ। ਆਪਾਂ ਮੈਂ ਤੈਨੂੰ ਸਿੱਧਾ ਕਹਿੰਦਾ ਭਾਨਾ ਸਿੱਧੂ ਤੇਰੇ ਨਾਲ ਖੜੇ, ਜੇ ਤੂੰ ਫੀਮ ਭੁੱਕੀ ਦੀ ਖੇਤੀ ਦਾ ਸਿੱਟਾ ਦਿੱਤਾ, ਜੇ ਤੂੰ ਜੇ ਤੂੰ ਗੰਦੀਆਂ ਵੀਡੀਓ ਪਾਉਂਦੀ ਮੈਂ ਤੇਰੇ ਉਲਟ ਸੀ, ਕੱਲ੍ਹ ਨੂੰ ਫਿਰ ਪਾਏਗਾ ਫਿਰ ਵੀ ਤੇਰੇ ਉਲਟ ਹੋ ਸਕਦਾ, ਪਰ ਅੱਜ ਤੇਰੇ ਨਾਲ ਖੜਾ, 25 ਘੰਟੇ ਬੇਸ਼ੱਕ ਜੇਲ੍ਹ ਜਾਣਾ ਆਪਾਂ ਨੂੰ ਮਨਜ਼ੂਰ, ਠੀਕ ਆ। ਅਤੇ ਭਾਨੇ ਨੇ ਆਪਣਾ ਲਾਈਵ 'ਚ ਜਦੋਂ ਕੱਲ੍ਹ ਦੋ ਤਿੰਨ ਵਾਰੀ ਕਿਹਾ ਤਾਂ ਆਪਾਂ ਨੂੰ ਫਿਰ ਬੋਲਣ ਦਾ ਹੱਕ ਆ, ਕਿਉਂਕਿ ਮੇਰੀ ਕਿਹੜਾ ਉਹਦੇ ਨਾਲ ਨਿੱਜੀ ਲੜਾਈ ਆ ਕੋਈ ਯਾਰ,
ਆਪਾਂ ਤਾਂ ਕਿਸਾਨਾਂ ਦੇ ਮੁੱਦੇ 'ਤੇ ਸਾਰੀਆਂ ਯੂਨੀਅਨਾਂ 'ਚ ਸਾਰੇ ਇਕੱਠੇ ਹੋਵਾਂਗੇ, ਕਿਉਂਕਿ ਕਿਸਾਨੀ ਦੀ ਅੱਜ ਬਾਹਲੀ ਮਾੜੀ ਹਾਲਤ ਆ ਯਾਰ। ਕਿਸਾਨੀ ਖਤਮ ਹੋ ਗਈ, ਫੀ ਭੁੱਕੀ ਦੀ ਖੇਤੀ ਹੋਣੀ ਜ਼ਰੂਰੀ ਆ, ਫਿਰ ਹੀ ਹੱਲ ਨਿਕਲੂ, ਹੈ ਨਾ। ਅਤੇ ਆਪਾਂ ਨੂੰ ਕਿਸਾਨਾਂ ਲਈ ਯਾਰ ਸਾਰਾ ਕੁਛ ਦੁਸ਼ਮਣੀਆਂ ਭੁਲਾ ਕੇ ਇਕੱਠਾ ਹੋਣਾ ਪਊਗਾ। ਅਤੇ ਬਸ ਇਹੀ ਗੱਲ ਸੀ ਵੀ ਭਾਨਾ ਸਿੱਧੂ ਵਾਰ ਵਾਰ ਕੱਲ੍ਹ 2-3 ਵਾਰੀ ਆਪਣਾ ਨਾਂ ਲਿਆ ਲਾਈਵ 'ਚ, ਕਹਿੰਦਾ ਕਿਸਾਨਾਂ ਲਈ ਰੰਧਾਵਾ, ਊਂ ਤਾਂ ਬੋਲੀ ਜਾਂਦਾ, ਅੱਜ ਬੋਲਦਾ ਨਹੀਂ, ਬੋਲਦਾ ਭਰਾਵਾ ਤੇਰੇ ਨਾਲ ਖੜਿਆ ਜਮਾਂ, ਐਂ ਫਾਨੇ ਵਾਂਗੂ। ਉਹ ਕਹਿੰਦੇ ਨਹੀਂ ਹੁੰਦੇ ਪਿੰਡ ਨਾ ਸੰਘੇੜਾ ਜਾਣੀ ਤੇ ਟੋਬਿਆਂ 'ਚ ਪੈਣ ਕੱਸੀਆਂ, ਉਵੇਂ ਹਿੱਕ ਥਾਣ ਕੇ ਤੇਰੇ ਨਾਲ ਖੜੇ ਹਾਂ। ਜਦੋਂ ਆਪਾਂ ਆਪ ਨਹੀਂ ਇਕੱਠੇ ਹੁੰਦੇ, ਆਪਾਂ ਆਪ ਨਹੀਂ ਕਿਸਾਨਾਂ ਦੇ ਮੁੱਦੇ 'ਤੇ ਇਕੱਠੇ ਹੋ ਕੇ ਬੋਲਦੇ, ਆਪਾਂ ਲੀਡਰਾਂ ਨੂੰ ਕੀ ਕਹਿ ਸਕਦੇ ਹਾਂ। ਹੁਣ ਆਪਾਂ ਆਪ ਹੀ ਯੂਨੀਅਨ 16-17 ਹੋਈਆਂ ਪਈਆਂ, ਆਸ ਵਿੱਚ ਆਪਾਂ ਇਕੱਠੇ ਨਹੀਂ ਹੁੰਦੇ, ਆਪਾਂ ਲੀਡਰਾਂ ਨੂੰ ਕੀ ਕਹਿ ਸਕਦੇ ਹਾਂ। ਪਹਿਲਾਂ ਆਪਾਂ ਨੂੰ ਆਪ ਨੂੰ ਇਕੱਠੇ ਹੋਣ ਦੀ ਲੋੜ ਆ, ਪਹਿਲਾਂ ਆਪ ਇਕੱਠੇ ਹੋ, ਫਿਰ ਲੀਡਰਾਂ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਇਕੱਠੇ ਹੋ ਜਾਓ, ਠੀਕ ਆ। ਕਿਸਾਨੀ ਦੇ ਮੁੱਦੇ 'ਤੇ ਤਾਂ ਸੰਬੰਧੀ ਸਾਰੀਆਂ ਯੂਨੀਅਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਜਿਹੜਾ ਭਾਨੇ 'ਤੇ ਪਰਚਾ ਹੋਇਆ ਗਾ ਫੀ ਭੁੱਕੀ ਦੀ ਖੇਤੀ ਵਾਲਾ, ਉਹ ਬਹੁਤ ਗਲਤ ਹੋਇਆ, ਠੀਕ ਆ। ਭਾਨੇ ਆਪਣੀਆਂ ਪਿਛਲੀਆਂ ਰਾਂਝਸਾਂ ਹੈਗੀਆਂ ਸੀਗੀਆਂ, ਲੜਾਈਆਂ ਹੋਈਆਂ ਫੇਸਬੁੱਕ 'ਤੇ, ਤੂੰ ਵੀ ਗਾਲਾਂ ਕੱਢੀਆਂ ਮੈਨੂੰ, ਮੈਂ ਵੀ ਤੇਰੀ ਗਰਦ ਉਠਾਈ ਸੀ। ਪਹਿਲਾਂ ਵੀਡੀਓ ਮੇਰੀ ਵੀ ਆਈ ਸੀਗੀ, ਜਦੋਂ ਤੁਹਾਡੀ ਵੀਡੀਓ ਗਲਤ ਆਈ ਤਾਂ ਮੈਂ ਵੀਡੀਓ ਪਾਈ ਸੀ ਠੋਕ ਕੇ, ਤੂੰ ਵੀ ਮੈਨੂੰ ਗਾਲਾਂ ਕੱਢੀਆਂ ਸੀ। ਪਰ ਭਰਾਵਾ ਉਹ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਮਾਜ 'ਚ ਜਿਹੜਾ ਗੰਦ ਬਾਹਲਾ ਪੈ ਰਿਹਾ ਉਹਨੂੰ ਝੱਲਿਆ ਨਹੀਂ ਜਾਂਦਾ, ਕਿਉਂਕਿ ਲੋਕਾਂ ਦੇ ਮੈਸੇਜ ਆ ਜਾਂਦੇ ਆ। ਹੁਣ ਵੀ ਲੋਕਾਂ ਦੇ ਮੈਸੇਜ ਆਏ ਸੀ, ਹੁਣ ਵੀ ਮੈਨੂੰ ਲੋਕਾਂ ਦੇ ਮੈਸੇਜ ਆਏ ਸੀ ਵੀ ਭਾਨਾ ਸਿੱਧੂ ਕੱਲ੍ਹ ਤੇਰਾ ਲਾਈਵ 'ਚ ਨਾਂ ਲੈਂਦਾ ਸੀ, ਮੈਂ ਵੀ ਵੀਡੀਓ ਸੁਣੀ ਸੀ, ਅਤੇ ਤਾਂ ਕਰਕੇ ਮੈਂ ਬੋਲਿਆ ਤੇਰੇ ਨਾਲ ਫਾਨੇ ਵਾਂਗੂ ਖੜ੍ਹੇ ਹਾਂ, 25 ਘੰਟੇ ਖੜ੍ਹੇ ਹਾਂ, ਕਿੱਥੇ ਮਰਜ਼ੀ ਸੱਦ ਲਈ ਪਹੁੰਚਾਂਗੇ। ਪਰ ਗੱਲ ਇਹ ਆ ਵੀ ਜਦੋਂ ਕੋਈ ਸਮਾਜ 'ਚ ਗੰਦ ਪੈਂਦਾ ਉਹਦੇ ਵਿਰੁੱਧ ਵੀ ਹਾਂ, ਪਰ ਜਿਹੜੀ ਸੱਚਾਈ ਹੱਕ ਦੀ ਜਿੱਤ ਆ ਉਹਦੇ ਨਾਲ ਵੀ ਖੜ੍ਹੇ ਹਾਂ। ਫੀ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਆ, ਪਰਚਾ ਗਲਤ ਆ, ਕਿਉਂਕਿ ਕਿਸਾਨੀ ਦੀ ਬਾਹਲੀ ਮਾੜੀ ਹਾਲਤ ਆ ਇਸ ਟਾਈਮ। ਹਾਂ, ਪਰਚੇ ਪੁਰਚੇ ਭਾਨੇ ਸਿੱਧੂ 'ਤੇ ਹੋ ਗਿਆ, ਫੀ ਭੁੱਕੀ ਵਾਲਾ ਹੁੰਦਾ ਹੀ ਰਹਿੰਦਾ, ਮੇਰੇ 'ਤੇ ਕਿਹੜਾ ਹੋਇਆ ਨਹੀਂ ਸੀ, ਲੱਖੇ ਸਿਧਾਣੇ 'ਤੇ ਵੀ ਹੋਇਆ ਸੀ, ਉਦੋਂ ਸਾਹਨੇ ਵਾਲੇ ਕੇਸ 'ਚ, ਇਹਦਾ ਚੱਲਦਾ ਹੀ ਰਹਿੰਦਾ, ਹੈ ਨਾ। ਕਿਸਾਨਾਂ ਦੇ ਮੁੱਦੇ 'ਤੇ ਆਪਾਂ ਨਾਲ ਖੜ੍ਹੇ ਹਾਂ, ਜੇ ਤੂੰ ਵੀਡੀਓ 'ਚ ਗਾਲਾਂ ਕੱਢੀਆਂ ਸੀ ਤਾਂ ਮੈਂ ਵੀ ਕੱਢੀਆਂ ਸੀ, ਅੱਜ ਤੂੰ ਕਿਸਾਨਾਂ ਦੀ ਭੁੱਕੀ ਫੀਮ ਦੀ ਖੇਤੀ ਬੀਜੀ ਆ ਤਾਂ ਆਪਾਂ ਤੇਰੇ ਨਾਲ ਖੜ੍ਹੇ ਹਾਂ। ਪਰਚਾ ਹੁੰਦਾ ਹੋਣ ਦੇ ਤਾਂ ਹੁੰਦੇ ਹੀ ਰਹਿੰਦੇ, ਚੱਲੀ ਜਾਂਦਾ, ਪਹਿਲਾਂ ਵੀ ਹੋਏ ਵਿਆ। ਧੰਨਵਾਦ ਜੀ।